चीन ते अमेरिका दे विच किसी भी समय जंग हो सकती है। पिछले एक हफ्ते तो हर पासे एक ही नाम की चर्चा हो रही है, वो ना है नैन्सी पेलोसी। अमेरिका संसद की स्पीकर नैन्सी पेलोसी जो ताइवान के दौरे के उपर आ गई, इस नूं देख के चीन भड़क उठा। चीन नूं नैन्सी का नाम सुनते ही अग लग गई। चीन ने नैन्सी के जहाज नूं हवा दे विच उड़ाउण की धमकी तक अमरीका नूं दे दित्ती सी, पर चीन दी इन्हां सारियां धमकियां के बावजूद नैन्सी फिर भी ताइवान गई ते उत्थे 19 घंटे रुकण तों बाद वापस अमेरिका चली गई। आपां कह सकते हैं कि नैन्सी दी ताइवान यात्रा एक सबूत है कि अमेरिका नूं चाइना दी धमकियां दे नाल कोई फर्क नहीं पैंदा। पर हुण इह सवाल सारयां दे मन दे विच उठदा है कि ताइवान दे कोल अजे हक की है जिस दे करके दो महाशक्तियां जाने कि अमेरिका ते चीन एक दूजे दे आमो सामने आके खड़े हो गए। चीन ते अमेरिका इन्हां दोनां दे विचों कोई भी अपना एक कदम भी पिछे खिंचण नूं तैयार नहीं। जेकर सब कुछ अजे ही चलदा रहा तां इस वार तीजा विश्व युद्ध जाने कि थर्ड वर्ल्ड वार जरूर होके रहेगी। कि नैन्सी पेलोसी दी ताइवान यात्रा ने अमेरिका ते चीन दे विचकार दूरियां नूं इन्ना ज्यादा वधा दिता है कि यह दोनों देशों के विच हुण कदे भी युद्ध छिड़ सकता है। अज दी इस वीडियो दे विच असीं इन्हां गल्लां नूं ही समझण दी कोशिश करांगे। सो जुड़े रहो मेरे नाल, मैं हां तुहाडा होस्ट जसप्रीत सिंह, तुसीं देख रहे हो जर्ट टीवी। दुनिया के दो पावरफुल देश अमेरिका ते चीन दीयां सेना हुण ताइवान के मसले नूं लैके एक दूजे के सामने खड़ियां हन। हुण साउथ चाइना सी दोनों ही महाशक्तियां दे विचकार हुण युद्ध दा मैदान बनता जा रहा है। चीन नूं अमेरिकी संसद नैन्सी पेलोसी दी ताइवान यात्रा का पता की लग गया, जिस नूं देख के चीन के राष्ट्रपति शी जिनपिंग भड़क उठे ते चीनी सरकार ने अमेरिका के यह दौरे नूं लैके उन्हां नूं धमकी भी दे दित्ती कि वह इस दौरे के नतीजे भुगतण नूं तैयार रहन। तुहानूं दस दिंदे हां कि नैन्सी दे ताइवान आउण तों पहलां ही चीन के विदेश मंत्रालय ने अमेरिका नूं यह दौरा ना कर ਨੂੰ ਕਹਿ ਦਿੱਤਾ ਸੀ ਤੇ ਨਾਲ ਹੀ ਚੀਨ ਨੇ ਇਹ ਵੀ ਗੱਲ ਕਹਿ ਦਿੱਤੀ ਸੀ ਕਿ ਜੇਕਰ ਅਮਰੀਕਾ ਇਸ ਤਰ੍ਹਾਂ ਅੱਗੇ ਵਧਦਾ ਰਿਹਾ ਤਾਂ ਉਹ ਇਸ ਦੇ ਖਿਲਾਫ ਸਖਤ ਕਦਮ ਚੁੱਕਣਗੇ। ਚੀਨ ਦੀ ਧਮਕੀ ਦੇ ਬਾਵਜੂਦ ਵੀ ਨੈਨਸੀ ਪੇਲੋਸੀ ਦਾ ਤਾਇਵਾਨ ਦਾ ਇਹ ਦੌਰਾ ਇਹ ਦੋਨਾਂ ਦੇਸ਼ਾਂ ਦੇ ਵਿਚਕਾਰ ਹੁਣ ਹੋਂਦ ਦਾ ਸਵਾਲ ਬਣ ਗਿਆ ਹੈ। ਇਸ ਹੋਂਦ ਦੇ ਚੱਲਦੇ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਚੀਨ ਅਤੇ ਅਮਰੀਕਾ ਦੀਆਂ ਆਰਮੀ ਇੱਕ ਦੂਜੇ ਦੇ ਸਾਹਮਣੇ ਵੱਡੇ ਪੈਮਾਨੇ ਦੇ ਉੱਪਰ ਹੁਣ ਮਜ਼ਾਈਲਾਂ ਅਤੇ ਫਾਈਟਰ ਜੈਟ ਨੂੰ ਲੈ ਕੇ ਇੱਕ ਦੂਜੇ ਦੇ ਸਾਹਮਣੇ ਆ ਗਈਆਂ ਹਨ। ਚੀਨ ਦੀ ਸੈਨਾ ਨੇ ਨੈਨਸੀ ਪੇਲੋਸੀ ਨੂੰ ਡਰਾਉਣ ਦੇ ਲਈ ਤਾਇਵਾਨ ਸਟਰੀਟ ਦੇ ਵਿੱਚ ਯੁੱਧ ਦਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਆਪਣੇ ਇਹਨਾਂ ਇਲਾਕਿਆਂ ਦੇ ਵਿੱਚ ਯਾਤਰੀ ਜਹਾਜ਼ ਆਉਣ ਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਚੀਨ ਦੀਆਂ ਸੈਨਾ ਦੱਖਣੀ ਸਾਗਰ ਅਤੇ ਬੁਹਾਈ ਸਾਗਰ ਦੇ ਵਿੱਚ ਹੁਣ ਬਰੂਦ ਸੁੱਟ ਰਹੀਆਂ ਹਨ। ਚੀਨ ਦੀ ਸੈਨਾ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਅਗਸਤ ਤੱਕ ਯੁੱਧ ਦਾ ਅਭਿਆਸ ਕਰਨਗੀਆਂ। ਹੁਣ ਦੁਨੀਆ ਦੇ ਸਾਰੇ ਦੇਸ਼ ਇਹੀ ਗੱਲ ਸੋਚ ਰਹੇ ਹਨ ਕਿ ਜਲਦੀ ਹੀ ਕੀ ਚੀਨ ਅਤੇ ਅਮਰੀਕਾ ਇੱਕ ਦੂਜੇ ਦੇ ਸਾਹਮਣੇ ਯੁੱਧ ਦੇ ਲਈ ਖੜੇ ਹੋ ਜਾਣਗੇ। ਕਿਤੇ ਚੀਨ ਅਤੇ ਅਮਰੀਕਾ ਦੇ ਵਿਚਕਾਰ ਤਾਇਵਾਨ ਦੇ ਕਾਰਨ ਉੱਠੀ ਇਹ ਚੰਗਿਆਰੀ ਪਰਮਾਣੂ ਯੁੱਧ ਦਾ ਰੂਪ ਤਾਂ ਨਹੀਂ ਲੈ ਲਵੇਗੀ, ਪਰ ਇਹਨਾਂ ਸਭ ਚੀਜ਼ਾਂ ਦੇ ਚੱਲਦੇ 2 ਅਗਸਤ ਵਾਲੇ ਦਿਨ ਨੈਨਸੀ ਪੇਲੋਸੀ ਰਾਤ ਨੂੰ 8 ਵਜੇ ਇੱਕ ਬਹੁਤ ਹੀ ਸੁਰੱਖਿਅਤ ਜਹਾਜ਼ ਰਾਹੀਂ ਤਾਇਵਾਨ ਪਹੁੰਚ ਜਾਂਦੀ ਹੈ। ਨੈਨਸੀ ਪੇਲੋਸੀ ਨੂੰ ਕਵਰ ਦੇਣ ਦੇ ਲਈ ਉਸ ਦੇ ਨਾਲ ਅਮਰੀਕਾ ਦੇ 24 ਫਾਈਟਰ ਪਲੇਨ ਚੱਲ ਰਹੇ ਸਨ ਤੇ ਜਦੋਂ ਨੈਨਸੀ ਤਾਇਵਾਨ ਪਹੁੰਚਦੀ ਹੈ ਤਾਂ ਤਾਇਵਾਨ ਉਸ ਦਾ ਖੁੱਲ੍ਹ ਕੇ ਸਵਾਗਤ ਵੀ ਕਰਦਾ ਹੈ। ਨੈਨਸੀ ਲਗਭਗ 19 ਘੰਟੇ ਤਾਇਵਾਨ ਦੇ ਵਿੱਚ ਰੁਕੀ ਤੇ ਉਸ ਤੋਂ ਬਾਅਦ ਤਾਇਵਾਨ ਦੇ ਲੋਕਾਂ ਨੂੰ ਭਰੋਸਾ ਦੇ ਕੇ ਉਹ ਵਾਪਸ ਅਮਰੀਕਾ ਚਲੀ ਗਈ। ਉਸ ਨੇ ਤਾਇਵਾਨ ਨੂੰ ਕਿਹਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ, ਅਮਰੀਕਾ ਦਾ ਬੱਚਾ ਬੱਚਾ ਤੁਹਾਡੇ ਨਾਲ ਹੈ। ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਛਾਈ ਨੈਨਸੀ ਪੇਲੋਸੀ ਅਤੇ ਤਾਇਵਾਨ ਦੇ ਰਾਸ਼ਟਰਪਤੀ ਇਨੋ ਰੈਂਗਿੰਗ ਦੀ ਇਹ ਫੋਟੋ ਚਾਈਨਾ ਨੂੰ ਹੁਣ ਬਰਦਾਸ਼ਤ ਨਹੀਂ ਹੋ ਰਹੀ। ਭਾਵੇਂ ਕਿ ਨੈਨਸੀ ਹੁਣ ਵਾਪਸ ਅਮਰੀਕਾ ਚਲੀ ਗਈ ਹੈ, ਪਰ ਚੀਨ ਇਹ ਮਸਲੇ ਨੂੰ ਐਵੇਂ ਹੀ ਨਹੀਂ ਜਾਣ ਦੇਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਗੱਲ ਦਾ ਬਦਲਾ ਜ਼ਰੂਰ ਲੈ ਕੇ ਰਹੇਗਾ। ਇਹਨਾਂ ਸਾਰੀਆਂ ਗੱਲਾਂ ਦੇ ਚੱਲਦੇ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਆ ਰਿਹਾ ਹੋਵੇਗਾ ਕਿ ਤਾਇਵਾਨ ਦੇ ਵਿੱਚ ਅਜਿਹਾ ਆਖਰ ਕੀ ਹੈ ਕਿ ਜਿਸ ਦੇ ਕਾਰਨ ਦੋ ਮਹਾਂਸ਼ਕਤੀਆਂ ਜਾਨੀ ਕਿ ਚੀਨ ਅਤੇ ਅਮਰੀਕਾ ਇੱਕ ਦੂਜੇ ਦੇ ਆਮੋ ਸਾਹਮਣੇ ਆ ਗਏ ਤੇ ਹੁਣ ਇਹ ਕਦੇ ਵੀ ਇੱਕ ਦੂਜੇ ਦੇ ਉੱਪਰ ਹਮਲਾ ਕਰ ਸਕਦੇ ਨੇ, ਇੱਥੋਂ ਤੱਕ ਕਿ ਇੱਕ ਦੂਜੇ ਦੇ ਵਿਰੁੱਧ ਪਰਮਾਣੂ ਹਥਿਆਰਾਂ ਨੂੰ ਵੀ ਵਰਤ ਸਕਦੇ ਨੇ। ਚੀਨ ਤਾਇਵਾਨ ਦੀ ਉਹ ਐਕਸ ਗਰਲਫ੍ਰੈਂਡ ਹੈ ਜਿਸ ਦੇ ਲਈ ਚੀਨ ਦੇ ਮਨ ਦੇ ਵਿੱਚ ਹੁਣ ਵੀ ਬਹੁਤ ਜ਼ਿਆਦਾ ਪਿਆਰ ਹੈ। ਇਸ ਕਰਕੇ ਜੇਕਰ ਕੋਈ ਤਾਇਵਾਨ ਦੇ ਉੱਪਰ ਆਪਣਾ ਪਿਆਰ ਜਤਾਉਂਦਾ ਹੈ ਤਾਂ ਚੀਨ ਉਸ ਦੀਆਂ ਅੱਖਾਂ ਕੱਢਣ ਤੱਕ ਜਾਂਦਾ ਹੈ, ਪਰ ਤਾਇਵਾਨ ਨੂੰ ਚੀਨ ਬਿਲਕੁਲ ਵੀ ਪਸੰਦ ਨਹੀਂ ਹੈ। ਤਾਇਵਾਨ ਨੂੰ ਚੀਨ ਦੇ ਆਪਣੇ ਨੇੜੇ ਤੇੜੇ ਹੋਣਾ ਵੀ ਚੰਗਾ ਨਹੀਂ ਲੱਗਦਾ, ਇਸ ਲਈ ਤਾਇਵਾਨ ਚੀਨ ਤੋਂ ਬਚਣ ਦੇ ਲਈ ਦੂਜੇ ਦੇਸ਼ਾਂ ਤੋਂ ਮਦਦ ਮੰਗ ਰਿਹਾ ਹੈ ਤੇ ਅਮਰੀਕਾ ਚੀਨ ਦੇ ਨਾਲ ਆਪਣੀ ਦੁਸ਼ਮਣੀ ਦਾ ਬਦਲਾ ਤਾਇਵਾਨ ਰਾਹੀਂ ਕੱਢਣਾ ਚਾਹੁੰਦਾ ਹੈ। ਜੇਕਰ ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਇਹ ਮਸਲਾ ਇਹ ਹੈ ਕਿ ਭਾਵੇਂ ਤਾਇਵਾਨ ਇੱਕ ਬਹੁਤ ਛੋਟਾ ਦੇਸ਼ ਹੈ, ਪਰ ਉਸ ਦੀ ਭੂਗੋਲਿਕ ਸਥਿਤੀ ਉਸ ਨੂੰ ਕਾਫੀ ਜ਼ਿਆਦਾ ਖਾਸ ਬਣਾਉਂਦੀ ਹੈ, ਜਿਸ ਕਰਕੇ ਚੀਨ ਅਤੇ ਅਮਰੀਕਾ ਦੋਨੇ ਹੀ ਉਸ ਨੂੰ ਆਪਣੇ ਅੰਡਰ ਕਰਨਾ ਚਾਹੁੰਦੇ ਹਨ। ਅਸਲ ਦੇ ਵਿੱਚ ਚੀਨ ਤਾਇਵਾਨ ਨੂੰ ਆਪਣੀ ਵਨ ਚਾਈਨਾ ਪਾਲਿਸੀ ਦਾ ਹਿੱਸਾ ਮੰਨਦਾ ਹੈ। ਵਨ ਚਾਈਨਾ ਪਾਲਿਸੀ ਦੇ ਅਨੁਸਾਰ ਚੀਨ ਦੇ ਬਾਰਡਰ ਦੇ ਨਾਲ ਜਿੰਨੇ ਵੀ ਦੇਸ਼ ਲੱਗਦੇ ਨੇ ਚੀਨ ਉਹਨਾਂ ਦੇ ਉੱਪਰ ਆਪਣਾ ਅਧਿਕਾਰ ਸਮਝਦਾ ਹੈ, ਪਰ ਤਾਇਵਾਨ ਆਪਣੇ ਆਪ ਨੂੰ ਇੱਕ ਸੁਤੰਤਰ ਦੇਸ਼ ਮੰਨਦਾ ਹੈ ਤੇ ਉਹਨਾਂ ਦਾ ਆਪਣਾ ਸੰਵਿਧਾਨ ਹੈ ਤੇ ਆਪਣੀ ਸਰਕਾਰ ਹੈ, ਜਦਕਿ ਚੀਨ ਦਾ ਇੱਕੋ ਇੱਕ ਉਦੇਸ਼ ਹੈ ਕਿ ਤਾਇਵਾਨ ਨੂੰ ਆਪਣੇ ਕਬਜ਼ੇ ਹੇਠਾਂ ਕਰਨਾ ਤੇ ਤਾਇਵਾਨ ਉਸ ਦੀ ਹਰ ਇੱਕ ਗੱਲ ਮੰਨੇ। ਹੁਣ ਚੀਨ ਅਤੇ ਤਾਇਵਾਨ ਦੇ ਵਿਚਕਾਰ ਕੀ ਮਾਮਲਾ ਹੈ, ਇਸ ਵੀਡੀਓ ਦੇ ਵਿੱਚ ਇਹ ਅਸੀਂ ਤੁਹਾਨੂੰ ਅੱਗੇ ਦੱਸਾਂਗੇ। ਰਹੀ ਗੱਲ ਅਮਰੀਕਾ ਦੀ, ਉਹ ਚੀਨ ਦੀ ਵਨ ਚਾਈਨਾ ਪਾਲਿਸੀ ਨੂੰ ਨਹੀਂ ਮੰਨਦਾ, ਪਰ ਇਸ ਦੇ ਪਿੱਛੇ ਅਸਲ ਕਾਰਨ ਇਹ ਹੈ ਕਿ ਦੱਖਣੀ ਪੂਰਬੀ ਚੀਨ ਦੇ ਤੱਟ ਤੋਂ 100 ਮੀਲ ਦੀ ਦੂਰੀ ਦੇ ਉੱਪਰ ਤਾਇਵਾਨ
मौजूद है ते जेकर इस दे उपर चीन दा कब्जा होवेगा तां इस दा सीधा खतरा अमेरिका लई होवेगा क्योंकि इस दे नाल गुआन अते हवाई द्वीप दे उपर मौजूद अमेरिका दी सेना दे टिकाणे सीधे चाइना दे निशाने दे उपर आ जाणगे ते नाल ही पछमी प्रशांत महासागर दे विच भी चीन नूं खुल्ला रस्ता मिल जाएगा। यही कारण करके अमेरिका ताइवान दी मदद करदा रहिंदा है सेना तों लैके कूटनीतिक मसलियां तक भी। हुण सवाल इह उठदा है कि की कदे चीन अते ताइवान इक सन? पर तुहानूं दस दिंदे आ कि इह दोनों देश इक सन पर दूजे विश्व युद्ध तों बाद इह दोनों देश अलग हो गए। उस समय चीन दे विच चीन दी नेशनल पार्टी जिसनूं कोई तांग कहिंदे सन उसदा राज सी ते चीनी कम्यूनिस्ट पार्टी उसदे विरुद्ध सी। पर 1949 दे विच माउंट सांग दी लीडरशिप दे दौरान उत्थे कम्यूनिस्ट पार्टी जित गई ते राजधानी बीजिंग नूं उन्हां ने अपने कब्जे दे विच कर लिया। उस तों बाद बहुत सारे लोग चीन नूं छड्ड के दक्षिणी पछमी द्वीप जिसनूं आपां ताइवान कहिंदे हां उत्थे चले गए। जेकर ताइवान नूं लै के चीन अते अमेरिका दे विच होर ज्यादा हालात विगड़दे ने तां पूरी दुनिया दे विच देशां दे दो अलग अलग गुट बन जाणगे जिस दे विच इक पासे चीन दे नाल उत्तर कोरिया रूस अते पाकिस्तान खड़े होणगे उत्थे ही अमेरिका दे नाल दक्षिणी कोरिया जापान फिलीपीन आस्ट्रेलिया ते यूरोप दे सारे देश खड़े होणगे ते संयुक्त राष्ट्र ने भी यह चेतावनी दित्ती है कि किसी की एक छोटी जी गलती दे नाल भी दुनिया दे विच परमाणु युद्ध कदे भी लग सकता है। इस तरह हुण दुनिया दे विच थर्ड वर्ल्ड वार लगण दे हालात बन चुके ने। तुहानू साडी वीडियो किदां लगी कमेंट करके जरूर दसना। साडे यूट्यूब दे चैनल जो टीवी नूं जरूर सबसक्राइब करना ते फेसबुक दे पेज जो टीवी नूं जरूर फॉलो करना। धन्यवाद।